ਸਰ ਸੁਰਿੰਦਰ ਸਿੰਘ ਸੋਢੀ ਓਲੰਪੀਅਨ ਰਹੇ ਆ, ਉਹਦੇ ਨਾਲ ਨਾਲ ਉਹਨਾਂ ਨੇ ਪੁਲਿਸ ਖਾਸ ਕਰਕੇ ਪੰਜਾਬ ਪੁਲਿਸ ਵਿੱਚ ਵੀ ਬਹੁਤ ਲੰਮਾ ਅਰਸਾ ਸੇਵਾ ਕੀਤੀ ਹੈ ਅਤੇ ਬਤੌਰ ਆਈ ਜੀ ਰਿਟਾਇਰ ਹੋਏ ਆ। ਸੁਰਿੰਦਰ ਸਿੰਘ ਸੋਢੀ ਇਸ ਵੇਲੇ ਪੰਜਾਬ ਮੇਲ ਦੇ ਦਫ਼ਤਰ ਵਿੱਚ ਹਾਜ਼ਰ ਹਨ, ਅਸੀਂ ਕੁਛ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਜੀਵਨ ਚਾਤ ਬਾਰੇ। ਸੋਢੀ ਸਾਹਿਬ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ ਰੰਧਾਵਾ ਸਾਹਿਬ। ਸੋਢੀ ਸਾਹਿਬ, ਤੁਸੀਂ ਇੱਕ ਬਹੁਤ ਉਮਦਾ ਓਲੰਪੀਅਨ ਰਹੇ ਹੋ, ਹਾਕੀ ਪਲੇਅਰ ਰਹੇ ਹੋ, ਤੁਹਾਡੇ ਜ਼ਮਾਨੇ 'ਚ ਜਿਹੜੀ ਹਾਕੀ ਦੀ ਜਿਹੜੀ ਸੀਗੀ ਉਦੋਂ ਬਹੁਤ ਵਧੀਆ ਸੀਗਾ, ਉਦੋਂ ਹਾਕੀ ਦਾ ਮਾਹੌਲ, ਉਸ ਤੋਂ ਬਾਅਦ ਜਿਹੜਾ ਸੀਗਾ ਤੁਹਾਡੇ ਜਾਣ ਤੋਂ ਬਾਅਦ ਕਹਿ ਲਈਏ ਹਾਕੀ ਦਾ ਮਾਹੌਲ ਜਿਹੜਾ ਸੀਗਾ, ਹਾਕੀ ਦੀ ਪਰਫੋਰਮੈਂਸ ਜਿਹੜੀ ਸੀਗੀ ਇੰਡੀਆ ਦੀ, ਉਹ ਹੌਲੀ ਹੌਲੀ ਉਹਦਾ ਜਿਹੜਾ ਗ੍ਰਾਫ ਆ ਉਹ ਥੱਲੇ ਜਾਂਦਾ ਗਿਆ। ਤੁਹਾਡੇ ਵੇਲੇ ਦੀ ਹਾਕੀ ਜਿਹੜੀ ਸੀਗੀ ਉਸ ਤੋਂ ਬਾਅਦ ਦੀ ਹਾਕੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਰੰਧਾਵਾ ਸਾਹਿਬ, ਜਿਹੜੀ ਹਾਕੀ ਦੇ ਡਾਊਨਫਾਲ ਹੋਣ ਦੇ ਬਹੁਤ ਸਾਰੇ ਕਾਰਨ, ਜਦੋਂ ਕਿਸੇ ਚੀਜ਼ ਦਾ ਵੀ ਡਾਊਨਫਾਲ ਹੁੰਦਾ ਉਹ ਇੱਕਦਮ ਨਹੀਂ ਹੁੰਦਾ, ਉਹਦੇ ਡਾਊਨਫਾਲ ਹੋਣ ਨੂੰ ਬੜੇ ਸਾਲ ਲੱਗ ਜਾਂਦੇ ਆ, ਲੇਕਿਨ ਉਸ ਚੀਜ਼ ਦਾ ਪਤਾ ਨਹੀਂ ਲੱਗਦਾ। ਜਦੋਂ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਇੰਡੀਆ ਦੀ ਹਾਕੀ ਟੀਮ ਬਹੁਤ ਅੱਛੀ ਟੀਮ ਸੀਗੀ, ਲੇਕਿਨ ਉਹਦੇ ਵਿੱਚ ਹੌਲੀ 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 ਨਿਗਾਰ ਆਉਂਦਾ ਗਿਆ, ਔਰ 1984 ਤੋਂ ਬਾਅਦ ਅਗਰ ਤੁਸੀਂ ਦੇਖੋਗੇ ਪਰਫੋਰਮੈਂਸ, ਉਹਦੇ ਵਿੱਚ ਜ਼ਿਆਦਾ ਹੋਰ ਟੀਮ ਜਿਹੜੀ ਆ ਉਹ ਮਾੜੀ ਹੁੰਦੀ ਗਈ। ਰੀਜਨ ਉਹਦਾ ਇਹੀ ਸੀ ਕਿ ਜਿਹੜੇ ਅੱਛੇ ਪਲੇਅਰ ਸੀਗੇ ਉਹ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਨਾ ਕਿਸੇ ਰੀਜਨ ਕਰਕੇ ਹਾਕੀ ਟੀਮ ਦੇ ਵਿੱਚੋਂ ਡਰੋਪ ਕਰ ਦਿੱਤਾ ਜਾਂਦਾ ਹੈਗਾ, ਉਸ ਦੇ ਨਾਲ ਉਸ ਲੈਵਲ ਦਾ ਪਲੇਅਰ ਜਿਹੜਾ ਤਿਆਰ ਨਹੀਂ ਹੁੰਦਾ ਸੀ। ਜਦੋਂ ਤੁਸੀਂ ਕਿਸੇ ਨੂੰ ਚੇਂਜ ਕਰਨਾ ਕਿਸੇ ਪਲੇਅਰ ਨੂੰ ਨਾ, ਤਾਂ ਉਹਦਾ ਪਿੱਛੇ ਸਬਸਟੀਟਿਊਟ ਤਿਆਰ ਹੋਣਾ ਚਾਹੀਦਾ ਹੈ। ਇਹ ਇਸ ਤਰ੍ਹਾਂ ਦੇ ਬੜੇ ਸਾਰੇ ਰੀਜਨ ਸੀਗੇ, ਕਈ ਵਾਰੀ ਕਈ ਡਿਸਪਿਊਟ ਹੋ ਗਏ ਪਲੇਅਰ ਹਾਕੀ ਫੈਡਰੇਸ਼ਨ ਨਾਲ ਹੋ ਗਏ, ਜਾਂ ਕਈ ਕੋਚਿਸ ਉਸ ਟਾਈਮ ਦੇ ਵਿੱਚ ਇਸ ਤਰ੍ਹਾਂ ਦੇ ਆ ਗਏ ਕਿ ਉਹਨਾਂ ਦੇ ਉਹ ਕਈ ਪਲੇਅਰ ਪਸੰਦ ਦੇ ਨਹੀਂ, ਲੇਕਿਨ ਟੀਮ ਦੇ ਲਈ ਉਹ ਬੜੇ ਅੱਛੇ ਸੀਗੇ, ਅਤੇ ਇਸ ਕਰਕੇ ਹੌਲੀ ਹੌਲੀ ਡਾਊਨਫਾਲ ਆਉਂਦਾ ਗਿਆ ਹਾਕੀ ਦਾ। ਇੱਕ ਮੈਂ ਜਿਹੜੀ ਗੱਲ ਸੋਚਦਾ ਹੁੰਦਾ ਕਈ ਵਾਰੀ ਕਿ ਜਦੋਂ ਉਸ ਜ਼ਮਾਨੇ ਤੁਹਾਡੇ ਜ਼ਮਾਨੇ ਦੀ ਜਿਹੜੀ ਹਾਕੀ ਸੀ ਉਦੋਂ ਕੋਈ ਜ਼ਿਆਦਾ ਫੈਸਿਲਿਟੀਜ਼ ਵੀ ਨਹੀਂ ਮਿਲਦੀਆਂ ਸੀ, ਖਾਸ ਕਰਕੇ ਨਾ ਸਰਕਾਰੀ ਤੌਰ 'ਤੇ, ਨਾ ਕੋਈ ਸਟੇਡੀਅਮ ਇਹੋ ਜਿਹੇ ਹੁੰਦੇ ਸੀ ਜਿੱਥੇ ਜਿਹੜੇ ਖਿਡਾਰੀ ਆ ਉਹ ਆਪਣੀ ਪ੍ਰੈਕਟਿਸ ਕਰ ਸਕਦੇ ਸੀ, ਅਤੇ ਬਹੁਤ ਘੱਟ ਜਿਹੜੀਆਂ ਉਦੋਂ ਸਹੂਲਤਾਂ ਹੁੰਦੀਆਂ ਸੀ, ਪਰ ਹੁਣ ਤਾਂ ਬਾਅਦ 'ਚ ਸਹੂਲਤਾਂ ਵੀ ਬੜੀਆਂ ਹੋ ਗਈਆਂ, ਤਾਂ ਕੀ ਰੀਜ਼ਨ ਉਹਦੇ 'ਚ ਫਿਰ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪੁਰਾਣੇ ਪਲੇਅਰ ਸੀਗੇ ਨਾ ਜਿਹੜੇ, ਉਹ ਬੜੇ ਡੈਡੀਕੇਟਡ ਪਲੇਅਰ ਸੀਗੇ, ਉਹ ਸਿਰਫ ਇੰਡੀਆ ਦੇ ਲਈ ਖੇਡਣਾ ਮੰਗਦੇ ਸੀ ਕਿ ਅਸੀਂ ਇੰਡੀਆ ਨੂੰ ਰਿਪ੍ਰਜੈਂਟ ਕਰਨਾ ਆ, ਓਲੰਪਿਕ ਖੇਡਣੀ ਆ, ਵਰਲਡ ਕੱਪ ਖੇਡਣਾ ਆ, ਏਸ਼ੀਅਨ ਗੇਮਸ ਖੇਡਣੀਆਂ ਆ, ਲੇਕਿਨ ਉਹਨਾਂ ਦਾ ਹੋਰ ਕੋਈ ਮੋਟਿਵ ਨਹੀਂ ਹੁੰਦਾ ਹੈਗਾ। ਲੇਕਿਨ ਪ੍ਰੈਕਟਿਸ ਬਹੁਤ ਕਰਦੇ ਸੀਗੇ, ਅਤੇ ਸਮੇਂ ਦੇ ਨਾਲ ਨਾਲ ਜਿਹੜੀ ਆ ਪਲੇਅਰਾਂ ਦੀਆਂ ਡਿਮਾਂਡਸ ਜਿਹੜੀਆਂ ਆ, ਪਲੇਅਰਾਂ ਦਾ ਫਿਊਚਰ ਉਹ ਸੋਚਣ ਲੱਗ ਗਏ, ਇਸ ਬਾਰੇ ਉਹ ਚੀਜ਼ਾਂ ਆਉਂਦੀਆਂ ਗਈਆਂ, ਅਤੇ ਪਲੇਅਰ ਆਪਣੀ ਜਿਹੜੀ ਆ ਫਿਊਚਰ ਨੂੰ ਲੈ ਕੇ ਵੀ ਥੋੜ੍ਹਾ ਜਿਹਾ 6-5 'ਚ ਪੈ ਜਾਂਦੇ ਸੀਗੇ ਕਿ ਮੈਂ ਅਗਰ ਹਾਕੀ ਖੇਡਦਾ ਤਾਂ ਗਾਂਹ ਮੇਰਾ ਫਿਊਚਰ ਕੀ ਆ। ਪੁਰਾਣੇ ਅਤੇ ਨਵੇਂ ਪਲੇਅਰਾਂ ਦਾ ਇਹ ਬਹੁਤ ਇੱਕ ਫਰਕ ਸੀਗਾ, ਪੁਰਾਣੇ ਪਲੇਅਰ ਸਿਰਫ ਖੇਡਦੇ ਸੀ ਕਿ ਮੈਂ ਕੰਟਰੀ ਲਈ ਖੇਡਣਾ, ਉਹਨਾਂ ਨੂੰ ਕਦੇ, ਜਿੰਨੇ ਵੀ ਪੁਰਾਣੇ ਪਲੇਅਰ ਬਣੇ ਹੋਊਗੇ ਤੁਸੀਂ ਦੇਖਿਓ, ਉਹ ਆਪਣੀਆਂ ਗਰਾਊਂਡਾਂ ਦੇ ਵਿੱਚੋਂ ਆਪ ਪ੍ਰੈਕਟਿਸ ਕਰਕੇ ਜਾਂ ਕਿਸੇ ਤੋਂ ਥੋੜ੍ਹੀ ਬਹੁਤੀ ਕੋਚਿੰਗ ਲੈ ਕੇ ਅਤੇ ਉਹ ਪਲੇਅਰ ਬਣੇ ਆ। ਲੇਕਿਨ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਵੀ ਆ, ਲੇਟੈਸਟ ਟੈਕਨੀਕ ਦੇ ਨਾਲ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ, ਲੇਕਿਨ ਸਾਡਾ ਜਿਹੜਾ ਲੈਵਲ ਆ ਉਹ ਹਾਲੇ ਤੱਕ ਉਸ ਸਟੈਂਡਰਡ 'ਤੇ ਨਹੀਂ ਪਹੁੰਚਿਆ ਜਿਹੜਾ ਪਹੁੰਚਣਾ ਚਾਹੀਦਾ। ਜੀ ਜੀ, ਕਿਉਂਕਿ ਇੱਕ ਜ਼ਮਾਨਾ ਸੀ ਜਦੋਂ ਹਾਕੀ ਦਾ ਨਾਮ ਸੀ ਹਿੰਦੁਸਤਾਨ ਦੀ ਜਿਹੜੀ ਰਾਸ਼ਟਰੀ ਖੇਡ ਮੰਨੀ ਜਾਂਦੀ ਸੀ ਹਾਕੀ, ਅਤੇ ਉਦੋਂ ਇਹ ਪੂਰੇ ਆਪਣੇ ਜੋਬਨ 'ਤੇ ਸੀ। ਹੁਣ ਜਿਹੜਾ ਇਸ ਵੇਲੇ ਫਿਰ ਇੱਕ ਵਾਰੀ ਜਿਹੜਾ ਦੌਰ ਆ ਉਹ ਹਾਕੀ ਦਾ ਦੇਖਣ 'ਚ ਮਿਲ ਰਿਹਾ, ਅਤੇ ਤੁਸੀਂ ਉਸ ਨੂੰ ਦੇਖਦੇ ਹੋਏ ਹਾਕੀ ਦੇ ਭਵਿੱਖ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਬਹੁਤ ਅੱਛੀ ਗੱਲ ਆ ਹਾਕੀ ਲਈ। ਮੈਂ ਤੁਹਾਨੂੰ ਇਹ ਕਹਿੰਦਾ ਕਿ ਜਦੋਂ ਹਾਕੀ ਜਿੱਤਦੀ ਆ ਅਤੇ ਸਾਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਇਹਦਾ ਮਤਲਬ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਹੁੰਦਾ ਕਿ ਅਸੀਂ ਹਾਕੀ ਪਲੇਅਰ ਹਾਂ, ਅਸੀਂ ਹਾਕੀ ਖੇਡੀ ਆ, ਜੇ ਹਾਕੀ ਕਦੋਂ ਵੀ ਜਿੱਤਦੀ ਆ ਤਾਂ ਸਾਨੂੰ ਵੀ ਓਨੀਆਂ ਹੀ ਵਧਾਈਆਂ ਮਿਲਦੀਆਂ, ਔਰ ਇੱਕ ਬੜੀ ਖੁਸ਼ੀ ਦੀ ਗੱਲ ਆ ਇਹ। ਹਾਕੀ ਦਾ ਜਿਹੜਾ ਹੁਣ ਸਟੈਂਡਰਡ ਜੇ ਅਸੀਂ ਦੇਖੀਏ ਅਪ ਹੋ ਰਿਹਾ, ਉਹਦਾ ਰੀਜਨ ਇਹ ਆ ਕਿ ਇੰਡੀਆ ਦੇ ਵਿੱਚ ਇੱਕ ਪ੍ਰੀਮੀਅਰ ਹਾਕੀ ਲੀਗ ਜਿਹੜੀ ਚੱਲ ਰਹੀ ਆ, ਉੱਥੇ ਵਰਲਡ ਦੇ ਸਾਰੇ ਅੱਛੇ ਪਲੇਅਰ ਉੱਥੇ ਆ ਕੇ ਪਾਰਟੀਸਪੇਟ ਕਰਦੇ ਆ, ਸਾਡੇ ਜਿਹੜੇ ਪਲੇਅਰ ਆ ਉਹਨਾਂ ਨੂੰ ਆਪਸ ਵਿੱਚ ਉਹਨਾਂ ਨਾਲ ਖੇਡਣ ਦਾ ਮੌਕਾ ਮਿਲਦਾ, ਔਰ ਸਾਡੇ ਪਲੇਅਰਾਂ ਨੂੰ ਉਹਨਾਂ ਦੀ ਵੀਕਨੈਸ ਦਾ ਵੀ ਪਤਾ ਲੱਗਦਾ, ਅਤੇ ਜੋ ਇੱਕ ਉਹਨਾਂ ਦੇ ਦਿਮਾਗ ਦੇ ਵਿੱਚ ਹੁੰਦਾ ਸੀ ਨਾ, ਅੱਗੇ ਫੋਰਨ ਦੀਆਂ ਟੀਮਾਂ ਬੜੀਆਂ ਅੱਛੀਆਂ ਹੋ ਗਈਆਂ ਜਦਕਿ ਟੀਮ ਇੰਡੀਆ ਦੀ ਅੱਛੀ ਹੁੰਦੀ ਸੀਗੀ, ਉਹਦੇ ਵੀ ਬੜੇ ਉਹਦੇ ਇਫੈਕਟ ਪੈਂਦੇ ਸੀਗੇ ਉਹਨਾਂ ਦੇ ਦਿਮਾਗ 'ਤੇ। ਜਦੋਂ ਦੇ ਹੁਣ ਨਾਲ ਖੇਡਦੇ ਆ ਉਹ ਹੁਣ
ਸਾਡੇ ਪਲੇਅਰ ਜਿਹੜੇ ਆ ਉਹ ਬਹੁਤ ਅੱਛੀ ਹੋਕੀ ਖੇਡ ਰਹੇ ਆ, ਔਰ ਸਾਡੇ ਪਲੇਅਰ ਅਗਰ ਤੁਸੀਂ ਦੇਖੋ ਸਕਿੱਲ ਦੇ ਵਿੱਚ ਅੱਜ ਵੀ ਉਹਨਾਂ ਤੋਂ ਅੱਛੇ ਆ, ਫੋਰਨਰਸ ਦੇ ਤੋਂ ਸਕਿੱਲ ਅੱਜ ਵੀ ਅੱਛੀ ਆ ਸਾਡੇ ਕੋਲ, ਲੇਕਿਨ ਸਾਨੂੰ ਜਿੱਥੋਂ ਨੁਕਸਾਨ ਹੁੰਦਾ ਉਹ ਫਿਜੀਕਲੀ ਸਾਡੇ ਪਲੇਅਰ ਜਿਹੜੇ ਆ ਉਹ ਉਹਨਾਂ ਤੋਂ ਕਿਤੇ ਨਾ ਕਿਤੇ ਸਟੈਮਿਨੇ 'ਚ ਫਿਜੀਕਲੀ ਕਿਤੇ ਨਾ ਕਿਤੇ ਸਟਰੈਂਥ ਦੇ ਵਿੱਚ ਸਾਨੂੰ ਮਾਰ ਪੈਂਦੀ ਆ, ਉਹਨਾਂ ਚੀਜ਼ਾਂ 'ਤੇ ਸਾਨੂੰ ਥੋੜ੍ਹਾ ਵਰਕ ਕਰਨਾ ਚਾਹੀਦਾ, ਪੈਨਲਟੀ ਕੋਰਨਰ 'ਤੇ ਵਰਕ ਕਰਨਾ ਚਾਹੀਦਾ, ਅਤੇ ਫਿਰ ਅਸੀਂ ਜਾ ਕੇ ਉਹਨਾਂ ਦੇ ਨਾਲ ਮੁਕਾਬਲੇ 'ਚ ਆਵਾਂਗੇ। ਸੋਢੀ ਸਾਹਿਬ, ਤੁਸੀਂ ਇਹ ਨਹੀਂ ਸੋਚਦੇ ਕਿ ਜਿਵੇਂ ਹਾਕੀ ਤੋਂ ਇਲਾਵਾ ਇੱਕ ਜਿਹੜੀ ਦੂਜੀ ਟੀਮ ਜਿਹੜੀ ਆ, ਦੂਜੀ ਗੇਮ ਆ ਉਹ ਕ੍ਰਿਕਟ, ਇਸ ਵੇਲੇ ਜਿਹੜੀ ਆ ਉਹ ਹਿੰਦੁਸਤਾਨ 'ਚ ਕਾਫੀ ਪਾਪੂਲਰ ਆ, ਬਹੁਤ ਜ਼ਿਆਦਾ ਪਾਪੂਲਰ ਆ, ਬਹੁਤ ਜ਼ਿਆਦਾ ਜਿਹੜਾ ਉਹਨਾਂ ਨੂੰ ਮਤਲਬ ਬੈਨੀਫਿਟ ਮਿਲਦੇ ਆ, ਪੈਸੇ ਮਿਲਦੇ ਆ, ਉਹਨਾਂ ਨੂੰ ਮਾਡਲ ਬਣਾਇਆ ਜਾਂਦਾ ਬਹੁਤ ਸਾਰੀਆਂ ਏਜੰਸੀਜ਼ ਵੱਲੋਂ, ਸਰਕਾਰੀ ਉਹਨਾਂ ਨੂੰ ਜ਼ਿਆਦਾ ਜਿਹੜੀ ਸਹੂਲਤਾਂ ਮਿਲਦੀਆਂ, ਜਿਹੜੇ ਖੇਡਣ ਲਈ ਵੀ ਪੈਸੇ ਜ਼ਿਆਦਾ ਮਿਲਦੇ ਆ, ਹਰ ਪਾਸਿਓਂ ਜਿਹੜੇ ਉਹ ਅੱਜ ਕਹਿ ਸਕਦੇ ਵੀ ਮਲਟੀ ਮਿਲੀਅਨਸ ਜਿਹੜੇ ਉਹ ਪਲੇਅਰ ਹੋ ਗਏ ਆ, ਪਰ ਹਾਕੀ ਦੇ ਜਿਹੜੇ ਚਾਹੇ ਉਹ ਕਿਤੋਂ ਮੈਡਲ ਵੀ ਲੈ ਆਉਣ ਅਤੇ ਉਹਨਾਂ ਨੂੰ ਕੋਈ ਜ਼ਿਆਦਾ ਹੀ ਪੁੱਛਗਿੱਛ ਨਹੀਂ ਹੁੰਦੀ, ਜਦਕਿ ਆਪਾਂ ਕਿਸੇ ਟਾਈਮ 'ਚ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀ ਹਾਕੀ ਆ ਉਹ ਮਾਂ ਖੇਡ ਆ ਹਿੰਦੁਸਤਾਨ ਦੀ। ਦੇਖੋ ਜਿੱਥੇ ਤੱਕ ਕ੍ਰਿਕਟ ਦਾ ਸਵਾਲ ਆ, ਕ੍ਰਿਕਟ ਇੱਕ ਕਮਰਸ਼ੀਅਲ ਗੇਮ ਬਣ ਚੁੱਕੀ ਆ ਜੇ ਅਸੀਂ ਦੇਖੀਏ, ਅਤੇ ਜਿੰਨੇ ਮਤਲਬ ਬਿਜ਼ਨਸ ਘਰਾਣੇ ਆ ਵੱਡੇ ਵੱਡੀਆਂ ਇੰਡਸਟਰੀਲਿਸਟ ਆ ਜਿਹੜੇ ਆ ਉਹ ਕ੍ਰਿਕਟ ਨੂੰ ਸਪੋਂਸਰ ਕਰਦੇ ਆ, ਉਹ ਸਪੋਂਸਰ ਕਰਦੇ ਆ ਆਪਣੀ ਐਡ ਲਈ, ਕਰੋੜਾਂ ਰੁਪਈਆ ਉਹਨਾਂ ਨੂੰ ਦਿੰਦੇ, ਉਹ ਕਰੋੜਾਂ ਰੁਪਈਏ ਤੋਂ ਅੱਗੋਂ ਕਮਾਉਂਦੇ ਆ ਉਹ, ਜਦੋਂ ਹਾਕੀ ਨੂੰ ਦਿੰਦੇ ਆ ਸ਼ਾਇਦ ਮੇਰਾ ਖਿਆਲ ਆ ਕਿ ਉਹਨਾਂ ਨੂੰ ਓਨਾ ਪ੍ਰੋਫਿਟ ਨਹੀਂ ਹੁੰਦਾ। ਕ੍ਰਿਕਟ ਦੀ ਲੀਗ ਇੰਡੀਆ ਦੇ ਵਿੱਚ ਕ੍ਰਿਕਟ ਲੀਗ ਵੀ ਹੁੰਦੀ ਆ ਜਿਹਦੇ ਵਿੱਚ ਸਾਰੇ ਵਰਲਡ ਦੇ ਪਲੇਅਰ ਆ ਕੇ ਖੇਡਦੇ ਆ, ਉਹ ਸਾਰੇ ਚੰਗੇ ਚੰਗੇ ਜਿੰਨੇ ਵੀ ਬਿਜ਼ਨਸ ਹਾਊਸਿਸ ਆ ਉਹਨਾਂ ਨੇ ਟੀਮਾਂ ਖਰੀਦੀਆਂ ਆ, ਔਰ ਉਹ ਟੀਮਾਂ ਉੱਦਾਂ ਹੀ ਨਹੀਂ ਖਰੀਦੀਆਂ ਕਿ ਉਹ ਸ਼ੌਂਕ ਲਈ ਖਰੀਦੀਆਂ, ਉਹਨਾਂ ਨੇ ਉਹ ਉਹਨਾਂ ਨੇ ਜੇ 40 ਕਰੋੜ ਰੁਪਈਆ 100 ਕਰੋੜ ਲਾਇਆ ਤਾਂ ਉਹ 200 ਕਰੋੜ ਕਮਾਉਂਦੇ ਆ, ਉਹਨਾਂ ਨੂੰ ਗੇਟ ਮਨੀ ਆਉਂਦੀ ਆ, ਐਡ ਦੇ ਪੈਸੇ ਆਉਂਦੇ ਆ। ਸਰਕਾਰ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਕੁਛ ਨਾ ਕੁਛ ਲਿਆਉਣੀਆਂ ਚਾਹੀਦੀਆਂ, ਰੂਲ ਐਂਡ ਰੈਗੂਲੇਸ਼ਨ ਲਿਆਉਣੇ ਚਾਹੀਦੇ ਆ ਕਿ ਜਿੰਨੇ ਬਿਜ਼ਨਸ ਹਾਊਸਿਸ ਆ ਉਹ ਉਹਨਾਂ ਦੀ ਪਰਸੈਂਟੇਜ ਰੱਖਣ ਕਿ ਇੰਨੇ ਪਰਸੈਂਟ ਕ੍ਰਿਕਟ ਨੂੰ ਅਗਰ ਤੁਸੀਂ ਸਪੋਂਸਰ ਕਰਦੇ ਹਾਂ ਤਾਂ ਇੰਨੇ ਪਰਸੈਂਟ ਹਾਕੀ, ਫੁੱਟਬਾਲ, ਬਾਸਕਟਬਾਲ ਦੂਸਰੀਆਂ ਗੇਮਾਂ ਨੂੰ ਵੀ ਕਰਨ ਨਾਲ, ਅਤੇ ਫਿਰ ਉਹ ਦੂਜੀਆਂ ਟੀਮਾਂ ਨੂੰ ਫਾਈਨੈਂਸ਼ੀਅਲੀ ਏਡ ਮਿਲ ਜਾਂਦੀ ਆ। ਕੋਈ ਵੀ ਜਿਹੜੀ ਗੇਮ ਆ ਜਿੰਨਾ ਚਿਰ ਉਹਨੂੰ ਫਾਈਨੈਂਸ਼ੀਅਲੀ ਏਡ ਨਹੀਂ ਮਿਲੇਗੀ ਅੱਜ ਦੀ ਡੇਟ ਦੇ ਵਿੱਚ ਉਹ ਗੇਮ ਜਿਹੜੀ ਆ ਉਹ ਡਾਊਨ ਹੋ ਜਾਏਗੀ, ਖਤਮ ਹੋ ਜਾਏਗੀ। ਸੋ ਫਾਈਨੈਂਸ਼ੀਅਲੀ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਜਿਹੜੀਆਂ ਗੇਮਸ ਆ ਉਹਨਾਂ ਦਾ ਪਲੇਅਰਸ ਨੂੰ ਫਾਈਨੈਂਸ਼ੀਅਲੀ ਤੌਰ 'ਤੇ, ਇਕਨੋਮੀਕਲੀ ਉਹਨਾਂ ਨੂੰ ਸਟਰੋਂਗ ਹੋਣਾ, ਉਹਨਾਂ ਦੀ ਜਿਹੜੀ ਆ ਫਿਊਚਰ ਉਹਦਾ ਸਿਕਿਓਰ ਹੋਣਾ ਉਹ ਬਹੁਤ ਜ਼ਰੂਰੀ ਆ। ਇੱਕ ਖਾਸ ਗੱਲ ਜਿਹੜੀ ਹਿੰਦੁਸਤਾਨ 'ਚ ਦੇਖਣ 'ਚ ਮਿਲਦੀ ਆ ਜੀ, ਰਾਜਨੀਤੀ ਜਿਹੜੀ ਆ ਉਹ ਕਾਫੀ ਭਾਰੂ ਆ ਹਰ ਖੇਡ 'ਚ, ਉਹਦਾ ਕੀ ਇਹਦੇ ਨਾਲ ਇੰਪੈਕਟ ਹੈਗਾ? ਬਹੁਤ ਵੱਡਾ ਇੰਪੈਕਟ ਆ। ਤੁਸੀਂ ਦੇਖੋ ਅਗਰ ਤੁਸੀਂ ਦੇਖੋਗੇ ਗੇਮਸ ਜਿੰਨੀਆਂ ਵੀ ਆ ਉਹਨਾਂ ਦੇ ਪਿੱਛੇ ਸਾਰਿਆਂ ਦੇ ਤਕਰੀਬਨ ਰਾਜਨੀਤਿਕ ਲੋਕ ਆ, ਉਹਨਾਂ ਨੇ ਕਿਸ ਤਰ੍ਹਾਂ ਆਏ ਆ ਉਹ ਆਪਣੇ ਮਤਲਬ ਲਈ ਆਏ ਆ, ਜਾਂ ਕੁਛ ਤਾਂ ਗੇਮਸ ਦੇ ਵਿੱਚ ਅੱਛਾ ਹੋ ਰਿਹਾ, ਕਿਸ ਕੁਛ ਗੇਮਸ ਦੇ ਵਿੱਚ ਅੱਛਾ ਨਹੀਂ ਹੋ ਰਿਹਾ। ਰਾਜਨੀਤਿਕ ਲੋਕ ਆਉਣ ਦਾ ਮਤਲਬ ਇਹ ਨਹੀਂ ਕਿ ਆਉਣ, ਲੇਕਿਨ ਉਹ ਉਹਦੀ ਗੇਮਸ ਦੇ ਲਈ ਕੰਮ ਕਰਨ, ਨੌਲੇਜ ਵੀ ਹੋਣੀ, ਨੌਲੇਜ ਚਲੋ ਉਹਨਾਂ ਨੂੰ ਫੰਡਸ ਹੀ ਕ੍ਰੀਏਟ ਕਰ ਦੇਣ, ਔਰ ਜਿਹੜੇ ਨੌਲੇਜ ਦੇ ਟੈਕਨੀਕਲ ਬੰਦੇ ਨਾਲ ਲੈ ਲੈਣ ਅਤੇ ਬੜੀਆਂ ਅੱਛੀਆਂ ਚੀਜ਼ਾਂ ਹੋ ਸਕਦੀਆਂ। ਲੇਕਿਨ ਜੇ ਰਾਜਨੀਤਿਕ ਬੰਦਾ ਸਪੋਰਟਸ ਦੇ ਵਿੱਚ ਆਉਂਦਾ, ਉੱਥੇ ਆ ਕੇ ਉਹਨੂੰ ਰਾਜਨੀਤਿਕ ਗੱਲ ਨਹੀਂ ਕਰਨੀ ਚਾਹੀਦੀ, ਰਾਜਨੀਤਿਕ ਗੱਲ ਅਲੱਗ ਕਰੇ। ਜਦੋਂ ਸਪੋਰਟਸ ਦੇ ਖੇਤਰ ਦੇ ਵਿੱਚ ਆ ਗਿਆ, ਸਪੋਰਟਸ ਦੇ ਫੀਲਡ 'ਚ ਆ ਗਿਆ ਕਿਸੇ ਗੇਮ ਦੇ, ਅਤੇ ਉਹ ਸਪੋਰਟਸ ਦੀ ਗੱਲ ਕਰੇ, ਉੱਥੇ ਰਾਜਨੀਤੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਉਹ, ਕਿਉਂਕਿ ਸਪੋਰਟਸ ਜਿਹੜੀ ਆ ਉਹ ਸਾਰਿਆਂ ਦੇ ਲਈ ਇੱਕੋ ਜਿਹੀ ਆ। ਬਹੁਤ ਅੱਛਾ, ਬਹੁਤ ਵਧੀਆ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ, ਖਾਸ ਕਰਕੇ ਹਾਕੀ ਬਾਰੇ। ਸੋਢੀ ਸਾਹਿਬ, ਤੁਸੀਂ ਬਹੁਤ ਲੰਮਾ ਸਮਾਂ ਅਰਸਾ ਜਿਹੜਾ ਸੀਗਾ ਉਹ ਇੱਕ ਪੁਲਿਸ ਔਫਿਸਰ, ਆਈ ਜੀ ਜਿਹੜੇ ਪੰਜਾਬ ਪੁਲਿਸ ਦੇ ਤੁਸੀਂ ਰਿਟਾਇਰ ਹੋਏ ਹੋ ਆਈ ਪੀ ਐੱਸ ਔਫਿਸਰ ਦੇ ਤੌਰ 'ਤੇ, ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਰੀ ਨੌਕਰੀ ਦੌਰਾਨ? ਦੇਖੋ ਮੇਰੀ ਬੈਕਗਰਾਊਂਡ ਜਿਹੜੀ ਆ ਉਹ ਸਪੋਰਟਸ ਦੀ ਆ, ਅਤੇ ਜਦੋਂ ਸਪੋਰਟਸਮੈਨ ਕਿਤੇ ਵੀ ਚੱਲ ਜੇ ਉਹ ਸਪੋਰਟਸਮੈਨ ਹੀ ਰਹਿੰਦਾ ਜੀ ਜੀ, ਔਰ ਸਪੋਰਟਸਮੈਨ ਜਿਹੜਾ ਹੁੰਦਾ ਉਹਦੇ ਦਿਲ ਦੇ ਵਿੱਚ ਸਿੰਪਥੀ ਹੁੰਦੀ ਆ ਦੂਜੀਆਂ ਲੋਕਾਂ ਪ੍ਰਤੀ, ਸਾਰਿਆਂ ਲਈ। ਦੂਸਰਾ ਕੀ ਹੁੰਦਾ ਕਿ ਸਪੋਰਟਸਮੈਨ ਇੱਕ ਪਾਪੂਲਰ ਵੀ ਹੁੰਦਾ, ਲੋਕ ਉਹਨੂੰ ਜਾਣਦੇ ਵੀ ਆ, ਔਰ ਸਪੋਰਟਸਮੈਨ ਦੇ ਦਿਮਾਗ 'ਚ ਇਹ ਹੁੰਦਾ ਕਿ ਮੈਂ ਅੱਛਾ ਕੰਮ ਕਰਾਂ। ਜਿੱਦਾਂ ਮੈਨੂੰ ਲੋਕਾਂ ਨੇ ਖੇਡਦੇ ਦੇਖਿਆ, ਜਿਸ ਤਰ੍ਹਾਂ ਮੈਨੂੰ ਲੋਕ ਜਦੋਂ ਮੈਂ ਖੇਡਦਾ ਸੀ ਪਿਆਰ ਕਰਦੇ ਸੀਗੇ, ਉਹੀ ਪਿਆਰ ਅੱਜ ਮੈਂ
ਲੋਕਾਂ ਤੋਂ ਨੌਕਰੀ ਕਰਕੇ ਲਵਾਂ ਅਤੇ ਫਿਰ ਉਹ ਨੌਕਰੀ ਕਰਨ ਦਾ ਤੁਹਾਨੂੰ ਮਜ਼ਾ ਆਉਂਦਾ। ਬਹੁਤ ਅੱਛੇ। ਤੁਸੀਂ ਨੌਕਰੀ ਦੌਰਾਨ ਹੀ ਕੁਛ ਸਮਾਂ ਪਹਿਲਾਂ ਹੀ ਜਿਹੜੀ ਜਦੋਂ ਤੁਹਾਡੀ ਰਿਟਾਇਰਮੈਂਟ ਸੀਗੀ ਅਤੇ ਨੌਕਰੀ ਛੱਡ ਦਿੱਤੀ ਸੀ, ਅਤੇ ਤੁਹਾਡਾ ਜਿਹੜਾ ਰੁਝਾਨ ਥੋੜ੍ਹਾ ਜਿਹਾ ਇੱਕ ਪੋਲੀਟੀਕਲ ਪਾਰਟੀ ਜਿਹੜੀ ਪੰਜਾਬ ਦੀ ਹੈ ਉੱਧਰ ਨੂੰ ਜ਼ਿਆਦਾ ਹੋ ਗਿਆ ਸੀ, ਅਤੇ ਕੋਈ ਉਹਦਾ ਤੁਹਾਨੂੰ ਕੋਈ ਬੈਨੀਫਿਟ ਹੋਇਆ, ਨੁਕਸਾਨ ਹੋਇਆ, ਕੀ ਤੁਸੀਂ ਕਹਿਣਾ ਚਾਹੁੰਦੇ ਉਹਦੇ ਬਾਰੇ? ਦੇਖੋ, ਬੈਨੀਫਿਟ ਜਾਂ ਨੁਕਸਾਨ ਤਾਂ ਬਾਅਦ ਦੀਆਂ ਗੱਲਾਂ ਆ। ਜਦੋਂ ਇਹ ਆਮ ਆਦਮੀ ਪਾਰਟੀ ਸਪੈਸ਼ਲੀ ਸੀਗੀ, ਮੇਰੇ ਘਰ ਗੇੜੇ ਮਾਰਦੇ ਸੀਗੇ ਕਿ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ। ਉਹਨਾਂ ਨੂੰ ਮੈਂ ਕਿਹਾ ਵੀ ਕਿ ਮੇਰਾ ਡੇਢ ਸਾਲ ਨੌਕਰੀ ਰਹਿੰਦੀ ਆ, ਲੇਕਿਨ ਉਹ ਕਹਿਣ ਲੱਗੇ ਕਿ ਨਹੀਂ, ਸਾਨੂੰ ਤੁਹਾਡੇ ਵਰਗੇ ਲੋਕਾਂ ਦੀ ਜ਼ਰੂਰਤ ਆ। ਫਿਰ ਮੈਂ ਸੋਚਿਆ ਕਿ ਅਗਰ ਚੰਗੇ ਕੰਮ ਲਈ ਕੋਈ ਕੰਮ ਕਹਿੰਦਾ ਤਾਂ ਉਹ ਕਰਨਾ ਚਾਹੀਦਾ, ਅਤੇ ਤਾਂ ਕਰਕੇ ਫਿਰ ਮੈਂ ਇੱਕ ਡੇਢ ਸਾਲ ਪਹਿਲਾਂ ਮੈਂ ਆਪਣੀ ਨੌਕਰੀ ਤੋਂ ਰਿਜ਼ਾਇਨ ਕੀਤਾ ਸੀਗਾ, ਰਿਟਾਇਰਮੈਂਟ ਲਈ ਸੀਗੀ, ਔਰ ਫਿਰ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਲੇਕਿਨ ਉਹ ਸਮਾਂ ਇਸ ਤਰ੍ਹਾਂ ਦਾ ਬਣ ਗਿਆ ਆਮ ਆਦਮੀ ਪਾਰਟੀ ਦਾ ਵੀ ਕਿ ਉਹ ਰੋਜ਼ ਦੀ ਰੋਜ਼ ਕੋਈ ਨਾ ਕੋਈ ਸਕੈਂਡਲ 'ਤੇ ਰਹੇ ਜਾਂ ਆਪਣੇ ਜਿਹੜੇ ਮੁੱਦਿਆਂ ਦੀ ਗੱਲ ਕਰਦੇ ਸੀਗੇ ਉਹਨਾਂ ਤੋਂ ਭਟਕ ਗਏ। ਉਹਨਾਂ ਨੂੰ ਦੇਖ ਕੇ ਮੈਂ ਸੋਚਿਆ ਕਿ ਇਹ ਜਿਹੜੇ ਬੰਦੇ ਆ ਇਹ ਕੋਈ ਪੰਜਾਬ ਦਾ ਭਲਾ ਐਡਾ ਕਰ ਨਹੀਂ ਸਕਦੇ, ਅਤੇ ਫਿਰ ਮੈਂ ਉਹਨਾਂ ਤੋਂ ਛੁਟਕਾਰਾ ਲੈ ਲਿਆ, ਉਹਨਾਂ ਨੂੰ ਵੀ ਮੈਂ ਆਮ ਆਦਮੀ ਪਾਰਟੀ ਛੱਡਤੀ, ਅਤੇ ਫਿਰ ਮੈਂ ਕਾਂਗਰਸ ਜੁਆਇਨ ਕਰ ਲਈ, ਜਿਹੜੀ ਕਿ ਅੱਜ ਤੁਸੀਂ ਦੇਖ ਰਹੇ ਹਾਂ ਇਸ ਵੇਲੇ ਅੱਛਾ ਕੰਮ ਕਰ ਰਹੀ ਆ, ਔਰ ਪੰਜਾਬ ਦੇ ਕਿਸਾਨਾਂ ਦੇ ਉਹਨਾਂ ਨੇ ਕਰਜ਼ੇ ਵੀ ਮਾਫ਼ ਕੀਤੇ ਆ, ਅਤੇ ਆਉਣ ਵਾਲੇ ਟਾਈਮ 'ਚ ਵੀ ਅੱਛਾ ਕੰਮ ਕਰੂੰ। ਆਉਣ ਵਾਲੇ ਟਾਈਮ 'ਚ ਜੇ ਤੁਹਾਨੂੰ ਟਿਕਟ ਦਿੰਦੇ ਆ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ? ਆਉਣ ਵਾਲਾ ਟਾਈਮ ਜਦੋਂ ਆਊਗਾ ਉਹ ਦੇਖਾਂਗੇ, ਹਲੇ 5 ਸਾਲ ਪਏ ਆ। ਅਸੀਂ ਇਹ ਕਹਿੰਦੇ ਕੋਈ ਵੀ ਸਰਕਾਰ ਹੋਵੇ, ਸਰਕਾਰ ਤਾਂ ਲੋਕਾਂ ਦੇ ਲਈ ਹੁੰਦੀ ਆ, ਔਰ ਲੋਕਾਂ ਦੇ ਲਈ ਉਹਨਾਂ ਨੇ ਕੰਮ ਕਰਨੇ ਆ। ਲੋਕਾਂ ਦੀ ਚੁਣੀ ਹੋਈ ਇੱਕ ਪੰਚਾਇਤ ਹੁੰਦੀ ਆ, ਔਰ ਲੋਕਾਂ ਦੀ ਆਸ ਹੁੰਦੀ ਆ ਕਿ ਅਸੀਂ ਆਹ ਬੰਦਿਆਂ ਨੂੰ ਚੁਣ ਕੇ ਭੇਜਿਆ। ਮੈਂ ਕਹਿੰਦਾ ਕਿ ਕੋਈ ਵੀ ਪਾਰਟੀ ਹੋਵੇ ਉਹ ਲੋਕਾਂ ਦੇ ਲਈ ਚੰਗਾ ਕੰਮ ਕਰੇ, ਅਤੇ ਆਪਣੇ ਆਪ ਹੀ ਉਹ ਜਿਹੜਾ ਮੁਲਕ ਆ ਤਰੱਕੀ ਕਰਨ ਲੱਗ ਜਾਂਦਾ। ਬਹੁਤ ਅੱਛੇ ਸੋਢੀ ਸਾਹਿਬ, ਤੁਸੀਂ ਬਹੁਤ ਹੀ ਅੱਛੇ ਜਿਹੜੇ ਆਪਣੇ ਵਿਚਾਰ ਅੱਜ ਸਾਡੇ ਪੰਜਾਬ ਮੇਲ ਦੇ ਦਰਸ਼ਕਾਂ ਸਾਹਮਣੇ ਰੂਬਰੂ ਕੀਤੇ ਆ, ਅਤੇ ਜਿੱਥੇ ਤੁਸੀਂ ਇੱਕ ਚੰਗੇ ਖਿਡਾਰੀ ਸਾਬਤ ਹੋਏ ਹੋ ਉੱਥੇ ਇੱਕ ਨਾਲ ਦੀ ਨਾਲ ਪੁਲਿਸ ਅਫਸਰ ਵੀ, ਤੁਹਾਡਾ ਜਿਹੜਾ ਇਮੇਜ ਬਹੁਤ ਇੱਕ ਇਮਾਨਦਾਰ ਅਫਸਰ ਵਜੋਂ ਜਾਣਿਆ ਜਾਂਦਾ ਰਿਹਾ ਹੁਣ ਤੱਕ, ਅਤੇ ਉਸ ਤੋਂ ਬਾਅਦ ਸਾਨੂੰ ਉਮੀਦ ਆ ਕਿ ਜਿਹੜਾ ਤੁਹਾਡਾ ਫਿਊਚਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੋਲਿਟਿਕਸ ਜਿਹੜੀ ਜੁਆਇਨ ਕੀਤੀ ਆ, ਅਤੇ ਤੁਹਾਡੇ ਵਰਗੇ ਬੰਦਿਆਂ ਦੀ ਲੋੜ ਆ ਕਿ ਜਿਹੜਾ ਆਉਣ ਵਾਲਾ ਸਮਾਂ ਜਿਹੜਾ, ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਆ ਇਸ ਵੇਲੇ ਬਹੁਤ ਜ਼ਿਆਦਾ ਬਦਤਰ ਹੋਏ ਪਏ ਆ, ਅਤੇ ਅਸੀਂ ਚਾਹਾਂਗੇ ਕਿ ਤੁਹਾਡੇ ਵਰਗੇ ਜਿਹੜੇ ਆਫਿਸਰ ਜਿਹੜੇ ਆ ਉਹ ਲੀਡਰ ਜਿਹੜੇ ਬਣ ਕੇ ਅੱਗੇ ਆਉਣ, ਤਾਂ ਕਿ ਕੋਈ ਚੰਗੀ ਸੇਧ ਜਿਹੜੀ ਆ ਉਹ ਦਿੱਤੀ ਜਾ ਸਕੇ, ਪੰਜਾਬ ਦਾ ਜਿਹੜਾ ਉਹ ਭਲਾ ਹੋ ਸਕੇ। ਤੁਹਾਡਾ ਸੋਢੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਰੰਧਾਵਾ ਸਾਹਿਬ, ਬਹੁਤ ਬਹੁਤ ਸ਼ੁਕਰੀਆ।